ਲੁਧਿਆਣਾ ਦੇ ਸੈਕਟਰ 39 ਸਥਿਤ ਸੈਕਰਡ ਹਾਰਟ ਕਾਨਵੈਂਟ ਸਕੂਲ 'ਚ ਪੜ੍ਹਨ ਵਾਲੀ 4 ਸਾਲਾਂ ਦੀ ਬੱਚੀ ਦੇ ਨਾਲ ਛੇੜਛਾੜ ਦਾ ਮਾਮਲਾ ਸਾਹਮਣੇ ਆਇਆ ਹੈ। ਉੱਥੇ ਪੀੜਿਤ ਪਰਿਵਾਰ ਨੇ ਪੁਲਿਸ 'ਚ ਸ਼ਿਕਾਇਤ ਲਿਖਵਾਈ ਹੈ। ਫਿਲਹਾਲ ਪੁਲਿਸ ਥਾਣਾ ਮੋਤੀ ਨਗਰ SHO ਵਰਨਜੀਤ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੰਡਰ ਸੈਕਸ਼ਨ 376-511 IPC 4 ਪੋਸਕੋ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਤੇ ਜਾਂਚ ਪੜਤਾਲ ਵੀ ਕੀਤੀ ਜਾ ਰਹੀ ਹੈ। ਹਾਂਜੀ ਓਕੇ ਸਰ ਜੀ, ਜੀ ਮਾਮਲੇ ਕੇ ਬਾਰੇ ਮੇਂ ਬਤਾਏਂਗੇ ਸਰ ਜੀ ਤੁਸੀਂ? ਇਹ ਮਾਮਲਾ ਪਰਸੋਂ ਸ਼ਿਕਾਇਤ ਆਈ ਸੀ ਕਿ ਉਹਨਾਂ ਦੀ ਬੇਟੀ 4 ਸਾਲ ਦੀ ਆ ਔਰ ਉਹਨਾਂ ਨੂੰ ਕੋਈ ਸ਼ੱਕ ਹੈ ਕਿ ਸ਼ਾਇਦ ਇਹਦੇ ਨਾਲ ਕੋਈ ਅਟੈਂਪਟ ਕੀਤਾ ਰੇਪ ਕਰਨ ਦਾ, ਪਰ ਉਹਨਾਂ ਨੂੰ ਵੀ ਕਲੀਅਰ ਨਹੀਂ ਆ ਜਿਸ ਬਾਰੇ ਉਸ ਲੜਕੀ ਦਾ ਅੱਜ ਮੈਡੀਕਲ ਹੋਏਗਾ। ਜਦੋਂ ਮੈਡੀਕਲ ਹੋ ਜਾਏਗਾ ਜਿਸ ਤਰ੍ਹਾਂ ਰਿਪੋਰਟ ਆਏਗੀ ਉਹਦੇ ਅਕੋਰਡਿੰਗ ਵੈਸੇ ਕਾਰਵਾਈ ਕੀਤੀ ਜਾਏਗੀ। ਬੁਲਾ ਨਿਊਜ਼ ਲਈ ਲੁਧਿਆਣਾ ਤੋਂ ਪਵਨ ਸੈਣੀ ਦੀ ਰਿਪੋਰਟ।